ਬਹੁਤ ਸਿੱਖਿਆ ਮਿਲਦੀ ਹੈ ਜੀ ਇੱਥੋਂ, ਪਤਾ ਲੱਗਦਾ ਨਵੀਂ ਗੱਲਬਾਤ ਦਾ ਸਰ ਦਾ, ਬਿਮਾਰੀਆਂ ਬਾਰੇ, ਦਵਾਈਆਂ ਬਾਰੇ, ਹਰ ਚੀਜ਼ ਦਾ ਜੀ, ਕਿੱਦਾਂ ਆਪਾਂ ਰੱਖਣਾ ਪੋਸ਼ਣ ਮੇਨਟੇਨ ਕਰਨਾ, ਹਰ ਚੀਜ਼ ਦਾ। ਹਾਂਜੀ ਵਧੀਆ, ਬਹੁਤ ਵਧੀਆ ਜੀ। ਕਿੰਨਾ ਐਕਸਾਈਟਮੈਂਟ ਰਹਿੰਦੀ ਹੈ ਤੁਹਾਡੇ ਮੇਲੇ ਦੇ ਆਉਣ 'ਤੇ ਪਸ਼ੂ? ਕਾਫੀ ਰਹਿੰਦੀ ਹੈ, ਬਹੁਤ ਸਾਰੀਆਂ ਚੀਜ਼ਾਂ ਨਵੀਆਂ ਦੇਖਣ ਨੂੰ ਮਿਲਦੀਆਂ, ਜਿੱਦਾਂ ਮੰਨ ਕੇ ਚੱਲੋ ਵੀ ਭੇਡਾਂ ਬਾਰੇ, ਸੂਰ ਬਾਰੇ, ਹਰ ਇੱਕ ਚੀਜ਼ ਬਾਰੇ, ਮਤਲਬ ਕਿ ਜਿਹੜੀ ਚੀਜ਼ ਦਾ ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਮੱਝਾਂ ਗਾਵਾਂ ਦਾ ਜ਼ਿਆਦਾ ਕਰਦੇ ਹਾਂ, ਅਤੇ ਜਿਹੜੀ ਚੀਜ਼ ਬਾਰੇ ਆਪਾਂ ਨੂੰ ਨਹੀਂ ਪਤਾ ਉਹਦੇ ਬਾਰੇ ਸਿੱਖਣ ਦਾ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਸ ਵਾਰ ਅਸੀਂ ਆਪਣੇ ਪਸ਼ੂ ਪਾਲਣ ਪ੍ਰਬੰਧ ਵਿਭਾਗ ਵੱਲੋਂ ਅਸੀਂ ਇੱਕ ਵਾਤਾਵਰਣ ਸੁਰੱਖਿਅਤ ਜਿਹੜਾ ਹੈ ਉਸਦੇ ਥੀਮ ਦੇ ਉੱਤੇ ਅਸੀਂ ਆਪਣੀਆਂ ਡਿਸਪਲੇ ਦਿੱਤੀਆਂ ਨੇ। ਇਹ ਜਿਹੜਾ ਤੁਸੀਂ ਪੋਲਟਰੀ ਫਾਰਮ ਦਾ ਕੰਸੈਪਟ ਦੇਖ ਰਹੇ ਹੋ, ਇਹ ਬੈਕਯਾਰਡ ਪੋਲਟਰੀ ਦੇ ਉੱਤੇ ਆ। ਇਹਦੇ ਵਿੱਚ ਤੁਸੀਂ ਦੇਖੋਗੇ ਕਿ ਵੀ ਅਸੀਂ ਇਹ ਬੈਂਬੂ ਤੋਂ ਬਣਾਇਆ ਹੋਇਆ, ਬਾਂਸ ਦਾ ਬਣਿਆ ਹੋਇਆ, ਔਰ ਇਹਦੇ ਵਿੱਚ 2 ਸਕੁਆਇਰ ਫੁੱਟ ਦੇ ਹਿਸਾਬ ਨਾਲ ਪ੍ਰਤੀ ਮੁਰਗੀ ਅਸੀਂ ਇਹਦੇ ਵਿੱਚ ਲਗਭਗ 20 ਮੁਰਗੀਆਂ ਅਸੀਂ ਰੱਖ ਸਕਦੇ ਹਾਂ, ਅਡਲਟ ਮੁਰਗੀ। ਤਾਂ ਆਪਾਂ ਆਹ ਹੀ ਵੇਖਦੇ ਹਾਂ, ਆਪਾਂ ਨੂੰ ਇਹ ਮਹਿਸੂਸ ਕਰਦੇ ਕਿ ਆਪਾਂ ਮੁਰਗੀਆਂ ਰੱਖੀਏ ਅਤੇ ਪਤਾ ਲੱਗਦਾ ਵੀ ਨਵੀਆਂ ਮੁਰਗੀ ਖਾਣੇ ਕਿੱਦਾਂ ਬਣਾਉਣਾ, ਸਾਰੀਆਂ ਚੀਜ਼ਾਂ ਦੇ ਹਰ ਚੀਜ਼ ਦੇ ਪਤਾ ਲੱਗਦਾ ਜਾ ਕੇ, ਜਾਨਵਰ ਸਾਂਭਣਦਾ ਕਿੱਦਾਂ ਸਾਂਭਣੇ, ਜਿੱਦਾਂ ਇਹ ਸਾਂਭਦੇ ਆ, ਕੋਈ ਵੀ ਆ ਜਿੱਦਾਂ ਸੰਦਾ ਸੰਦਾ, ਹਾਂ ਫਰਕ ਲੱਗਦਾ, ਹਰ ਗੱਲ ਦਾ ਹੀ ਪਤਾ ਲੱਗਦਾ ਵਾ। ਤਾਂ ਨੌਲੇਜ ਮਿਲਦੀ ਆ, ਵਧੀਆ ਚੀਜ਼ ਆ। ਜਿਹੋ ਜਿਹਾ ਵੀ ਬੰਦਾ ਧੰਦੇ ਵਾਲਾ ਗਾ, ਚਾਹੇ ਉਹ ਕਿਸਾਨ ਵੀ ਨਾ ਹੋਵੇ, ਉਹ ਤੋਂ ਹੋਰ ਵੀ ਹਟ ਕੇ ਹੋਵੇ, ਕਾਫੀ ਧੰਦੇ ਨੇ। ਜਿਹਨੇ ਸਿੱਖਣਾ ਉਹਦੇ ਲਈ ਤਾਂ ਸੋਨਾ ਗਾ, ਜਿਹਨੇ ਨਹੀਂ ਸਿੱਖਣਾ ਉਹਦੇ ਲਈ ਕੁਛ ਨਹੀਂ ਹੈਗਾ। ਅਸੀਂ ਇੱਥੋਂ ਕਾਫੀ ਚੀਜ਼ਾਂ ਸਿੱਖ ਕੇ ਆਪਦੇ ਕੰਮ ਕਰ ਰਹੇ ਹਾਂ, ਪੈਸੇ ਵੀ ਕਮਾ ਰਹੇ ਹਾਂ, ਵਧੀਆ ਗੋਡਾ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਦੋਸਤੋ, ਅਗਰ ਗੱਲ ਕਰੀਏ ਪਸ਼ੂ ਪਾਲਣ ਮੇਲੇ ਦੀ, ਤਾਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਿਸਾਨ ਵੀਰਾਂ ਨੂੰ ਇਸਦਾ ਇੰਤਜ਼ਾਰ ਰਹਿੰਦਾ ਹੈਗਾ। ਤੁਹਾਨੂੰ ਦੱਸ ਦੇਵਾਂ ਕਿ ਪਸ਼ੂ ਪਾਲਣ ਮੇਲਾ ਜਿਹੜਾ ਹੈਗਾ ਵਾ, ਉਹ ਵੀ ਲੱਗ ਚੁੱਕਾ ਹੈਗਾ ਵਾ, 14 ਔਰ 15 ਮਾਰਚ ਨੂੰ 2 ਦਿਨ ਲਗਾਤਾਰ ਲੱਗਿਆ ਰਹੇਗਾ। ਬਹੁਤ ਸਾਰੀਆਂ ਜਿਹੜੀਆਂ ਕਹਿ ਲਓ ਕਿ ਐਨੀਮਲਸ ਦੇ ਪ੍ਰਤੀ ਜਿਹੜਾ ਵਾ, ਕਿਸ ਪ੍ਰਕਾਰ ਦੇ ਨਾਲ ਫਾਰਮ ਹਾਊਸ ਬਣਾਉਣੇ ਆ, ਜਾਂ ਜਾਨਵਰ ਦੀ ਕਿੱਦਾਂ ਦੇਖਭਾਲ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੀਆਂ ਨੇ। ਇਸ ਟਾਈਮ ਮੈਡਮ ਦਲਜੀਤ ਜੀ ਸਾਡੇ ਨਾਲ ਨੇ, ਅਤੇ ਪਹਿਲਾਂ ਉਹਨਾਂ ਨਾਲ ਤਾਂ ਗੱਲ ਕਰਦੇ ਹਾਂ, ਪਹਿਲੇ ਜਿਹੜੇ ਪਰਸਨ ਕੁਝ ਸਵਾਲ ਜਵਾਬ ਵੀ ਕਰ ਰਹੇ ਨੇ, ਆ ਕੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਹੈ ਤੁਹਾਡਾ? ਗੁਰਜੀਤ ਸਿੰਘ। ਕਿੱਥੇ ਦੇ ਰਹਿਣ ਵਾਲੇ? ਮੋਗਾ। ਕਿੰਨਾ ਇੰਤਜ਼ਾਰ ਰਹਿੰਦਾ ਪਸ਼ੂ ਪਾਲਣ ਮੇਲੇ ਦਾ? ਬਹੁਤ ਜ਼ਿਆਦਾ ਜੀ, ਖਿੱਚ ਹੁੰਦੀ ਹੈ, ਮਤਲਬ ਜਦੋਂ ਵੀ ਆਉਂਦਾ ਫਿਰ ਵੇਖ ਕੇ ਵੇਖਣ ਆਈਦਾ। ਲਾ ਜੀ, ਤੋਂ ਆ ਰਹੇ ਪਸ਼ੂ ਪਾਲਣ ਮੇਲੇ? ਲੰਬੇ ਸਮੇਂ ਤੋਂ ਆਉਂਦੇ, ਹਰ ਸਾਲ ਹੀ ਆਉਂਦੇ। ਹਰ ਸਾਲ ਹੀ? ਹਾਂਜੀ। ਕਿੰਨਾ ਬਦਲਦਾ ਦੇਖਿਆ ਪਸ਼ੂ ਪਾਲਣ ਮੇਲੇ? ਬਹੁਤ ਸਮੇਂ ਦੇ ਨਾਲ ਟੈਕਨੋਲੋਜੀ ਵੱਧਦੀ ਜਾਂਦੀ ਹੈ ਜੀ, ਉਸੇ ਤਰੀਕੇ ਆਪਾਂ ਮਤਲਬ ਪੁੱਛਦਾਸ ਕਰਦੇ ਰਹੇ ਨੇ ਵੀ ਕੀ ਨਵੀਆਂ ਚੀਜ਼ਾਂ ਕਿੱਦਾਂ, ਕਿਹੜੀ ਚੀਜ਼ ਦੇਖ ਰਹੇ ਹੋ ਇੱਥੇ ਆ ਕੇ? ਆਪਾਂ ਜ਼ਿਆਦਾ ਤਾਂ ਜਿੱਦਾਂ ਮੱਝਾਂ ਰੱਖੀਆਂ ਗਾਵਾਂ, ਉਹਦੇ ਬਾਰੇ ਜਾਣਕਾਰੀ ਹੁਣ ਇਹਨਾਂ ਮੁਰਗੀਆਂ ਬਾਰੇ ਪੁੱਛ ਰਹੇ ਇਹਨਾਂ ਨੂੰ, ਕਿੱਦਾਂ ਜਿਹੜਾ ਕੀ ਪਿੰਜਰਾ ਬਣਿਆ ਸਾਰਾ, ਕਿੰਨੇ ਵਿੱਚ ਰਹਿ ਸਕਦੇ ਜਾਨਵਰ ਸਰ? ਹਾਂਜੀ, ਕੀ ਗੱਲਬਾਤ ਰਹੀ ਦਲਜੀਤ ਮੈਨੂੰ? ਹਾਂਜੀ, ਪੁੱਛਿਆ ਜੀ ਕਿੰਨੀ ਜਗ੍ਹਾ, ਕਿੰਨੇ ਸਕੁਆਇਰ ਫਿੱਟ ਆ, ਕਿੰਨੇ ਜਾਨਵਰ ਰਹਿ ਸਕਦੇ ਆ, ਵਧੀਆ ਗਾਈਡ ਕਰਦੇ, ਸਾਰਾ ਦੱਸਦੇ ਆ। ਕਿੱਦਾਂ ਦਾ ਬੈਨੀਫਿਟ ਹੁੰਦਾ ਜਦੋਂ ਤੁਸੀਂ ਇੱਥੇ ਆਉਂਦੇ ਹੋ, ਤੁਹਾਨੂੰ ਕੀ ਸਿੱਖਣ ਨੂੰ ਮਿਲਦਾ ਤੁਹਾਡੇ ਪਸ਼ੂ ਪਾਲਣ? ਬਹੁਤ ਸਿੱਖਿਆ ਮਿਲਦੀ ਹੈ ਜੀ ਇੱਥੋਂ, ਪਤਾ ਲੱਗਦਾ ਨਵੀਂ ਗੱਲਬਾਤ ਦਾ ਸਰ ਦਾ, ਬਿਮਾਰੀਆਂ ਬਾਰੇ, ਦਵਾਈਆਂ ਬਾਰੇ, ਹਰ ਚੀਜ਼ ਦਾ ਜੀ, ਕਿੱਦਾਂ ਆਪਾਂ ਰੱਖਣਾ ਪੋਸ਼ਣ ਮੇਨਟੇਨ ਕਰਨਾ, ਹਰ ਚੀਜ਼ ਦਾ। ਹਾਂਜੀ ਵਧੀਆ, ਬਹੁਤ ਵਧੀਆ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਇਸ ਮੌਕੇ ਦੇ ਸਾਰੇ? ਬਸ ਇਹੀ ਹੈ ਜੀ, ਸਾਰੇ ਵੇਖਣ ਆਓ, ਵਧੀਆ ਵਾ, ਨੌਲੇਜ ਮਿਲਦੀ ਆ ਜੀ, ਅੱਗੇ ਨਵੇਂ ਵਧਣ ਨੂੰ ਬੰਦੇ ਦਾ ਮੌਕਾ ਮਿਲਦਾ ਅੱਗੇ ਵਧਣ। ਤੁਹਾਡੇ ਕੀ ਨਾਂ? ਗੁਰਸੇਵਕ ਸਿੰਘ। ਕਿੱਥੋਂ ਆਏ? ਮੈਂ ਵੀ ਨਾਲ ਹੀ ਮੋਗਾ ਤੋਂ। ਮੋਗੇ ਤੋਂ ਆਏ ਹੋ? ਹਾਂਜੀ। ਪਹਿਲੀ ਵਾਰ ਆਏ ਹੋ, ਅੱਗੇ ਵੀ ਆਉਂਦੇ ਆ? ਨਹੀਂ, ਇੱਕ ਵਾਰ ਅੱਗੇ ਆਏ ਸੀ, ਹੁਣ ਕਾਫੀ ਟਾਈਮ ਬਾਅਦ ਆਏ ਹਾਂ। ਅਤੇ ਇੱਧਰ ਕਿੰਨਾ ਐਕਸਾਈਟਮੈਂਟ ਰਹਿੰਦੀ ਹੈ ਤੁਹਾਡੇ ਮੇਲੇ ਦੇ ਆਉਣ 'ਤੇ ਪਸ਼ੂ? ਕਾਫੀ ਰਹਿੰਦੀ ਹੈ, ਬਹੁਤ ਸਾਰੀਆਂ ਚੀਜ਼ਾਂ ਨਵੀਆਂ ਦੇਖਣ ਨੂੰ ਮਿਲਦੀਆਂ, ਜਿੱਦਾਂ ਮੰਨ ਕੇ ਚੱਲੋ ਵੀ ਭੇਡਾਂ ਬਾਰੇ, ਸੂਰ ਬਾਰੇ, ਹਰ ਇੱਕ ਚੀਜ਼ ਬਾਰੇ, ਮਤਲਬ ਕਿ ਜਿਹੜੀ ਚੀਜ਼ ਦਾ ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਮੱਝਾਂ ਗਾਵਾਂ ਦਾ ਹੀ ਜ਼ਿਆਦਾ ਕਰਦੇ ਹਾਂ, ਅਤੇ ਜਿਹੜੀ ਚੀਜ਼ ਬਾਰੇ ਆਪਾਂ ਨੂੰ ਨਹੀਂ ਪਤਾ ਉਹਦੇ ਬਾਰੇ ਸਿੱਖਣ ਨੂੰ। ਮੱਝਾਂ ਗਾਵਾਂ ਦੀ ਵੀ ਗੱਲ ਕਰੀਏ, ਫੀਡ ਦੇ ਬਾਰੇ ਗੱਲ ਕਰੀਏ, ਟੈਕਨੋਲੋਜੀ ਦੇ ਬਾਰੇ ਕਰੀਏ, ਕਿੰਨੇ ਪਰਿਵਰਤਨ ਆ ਚੁੱਕਾ, ਬਦਲ ਚੁੱਕੀਆਂ? ਕਾਫੀ ਹੈ ਹੁਣ ਤਾਂ, ਮਤਲਬ ਕਿ ਜਿੱਦਾਂ ਦੁੱਧ ਦੇ ਹਿਸਾਬ ਨਾਲ, ਜਿੱਦਾਂ ਕਿ ਕੁਆਂਟਿਟੀ ਵੀ ਔਰ ਕੁਆਲਿਟੀ ਵੀ ਕਾਫੀ ਫਰਕ ਆ ਰਿਹਾ ਪਹਿਲਾਂ ਦੇ ਸਮੇਂ ਨਾਲੋਂ।
ਮਤਲਬ ਕਿ ਪਹਿਲਾਂ ਜਿੱਦਾਂ ਵੀ ਕਿਹੜੀ ਪਸ਼ੂ ਨੂੰ ਕਿੰਨੀ ਫੀਡ ਪਾਉਣੀ ਹੈ, ਹਰ ਇੱਕ ਤਰ੍ਹਾਂ ਦੀ ਕੰਪਨੀ ਦੇ ਵਿੱਚ ਦੱਸਿਆ ਜਾਂਦਾ। ਨਸਲਾਂ ਦੇ ਬਾਰੇ ਚਰਚਾਵਾਂ ਰਹਿੰਦੀਆਂ ਕਿਹੜੀ ਨਸਲ? ਹਾਂਜੀ, ਜਿੱਦਾਂ ਨੀਲੀ ਰਾਵੀ ਹੋ ਗਈ, ਮੋਹਰਾ ਨਸਲ ਹੋ ਗਈ, ਹਰ ਇੱਕ ਨਸਲ ਮੰਨ ਕੇ ਚੱਲੋ ਇੱਥੇ ਦੇਖ ਪਤਾ ਵੀ ਚੱਲਦਾ ਹੈ, ਔਰ ਮੰਨ ਕੇ ਚੱਲੋ ਵੀ ਕਿਹੜੀ ਨਸਲ ਜ਼ਿਆਦਾ ਦੁੱਧ ਦੇ ਰਹੀ ਹੈ ਉਹਦੇ ਬਾਰੇ ਵੀ ਪਤਾ ਚੱਲਦਾ। ਮੇਲੇ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਜਾਨਵਰ ਇੱਥੇ ਨੀਲ ਹੈਗੇ? ਹਾਲੇ ਫਿਲਹਾਲ ਤਾਂ ਅਸੀਂ ਮਤਲਬ ਕਿ ਦਵਾਈਆਂ ਵਾਲੀ ਸਾਈਡ ਤੋਂ ਆਏ ਹਾਂ, ਪਰ ਜਾਨਵਰ ਸਾਰੇ ਤਰ੍ਹਾਂ ਦੇ ਹੈਗੇ ਆ, ਜਿੱਦਾਂ ਮੱਛੀ ਪਾਲਣ ਬਾਰੇ, ਮੁਰਗੀ, ਸੂਰ, ਭੇਡ, ਔਰ ਗਾਵਾਂ ਦੀਆਂ ਨਸਲਾਂ ਬਾਰੇ, ਮੱਝਾਂ ਦੀਆਂ ਨਸਲਾਂ ਬਾਰੇ, ਹਰ ਇੱਕ ਜਾਨਵਰ ਹੈਗਾ। ਬਾਕੀ ਬਹੁਤ ਵਧੀਆ, ਸਾਰਿਆਂ ਨੂੰ ਹੋਣਾ ਚਾਹੀਦਾ, ਜਿਹੜੇ ਮਤਲਬ ਕਿ ਕਿਸਾਨੀ ਨੂੰ ਪਿਆਰ ਕਰਦੇ, ਕਿਸਾਨੀ ਦਾ ਕੰਮ ਕਰਦੇ ਆ, ਹਰ ਇੱਕ ਨੂੰ ਆ ਕੇ ਦੇਖਣਾ ਚਾਹੀਦਾ ਔਰ ਜਾਣਕਾਰੀ ਲੈਣੀ ਚਾਹੀਦੀ ਹੈ ਔਰ ਆਪਣੇ ਮਤਲਬ ਧੰਦੇ ਨੂੰ ਵਧਾਉਣਾ ਚਾਹੀਦਾ। ਦੇਖੋ ਜੀ, ਬਹੁਤ ਖੁਸ਼ੀ ਦਾ ਸਮਾਂ ਹੈ ਸਾਡਾ, ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜੀ, ਜੋ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਹੈ, ਜਿਹੜਾ ਅੱਜ ਮੇਲਾ ਹੈ ਲਾਉਦਲੇ ਪਾਸੇ, ਕਿਸਾਨ ਮੇਲਾ, ਜਿਹੜਾ ਫਸਲਾਂ ਵਾਸਤੇ ਸੀ ਇੱਧਰ, ਸਾਡੀਆਂ ਨਸਲਾਂ ਵਾਸਤੇ, ਪਸ਼ੂਆਂ ਵਾਸਤੇ, ਸੋ ਜਿਹਦੇ ਤੋਂ ਬਹੁਤ ਸਾਰਾ ਕਿਸਾਨ ਸਿੱਖ ਕੇ ਵੀ ਜਾਂਦੇ ਆ ਔਰ ਬਹੁਤ ਕੁਛ ਦੇਖਣ 'ਤੇ ਵੀ, ਅੱਜ ਕੱਲ੍ਹ ਪਸ਼ੂਆਂ ਦੇ ਇਲਾਜ ਇਸ ਤਰ੍ਹਾਂ ਹੋ ਸਕਦੇ ਆ, ਕੁਛ ਚੱਲ ਰਿਹਾ, ਸੋ ਬਹੁਤ ਚੰਗਾ ਲੱਗਿਆ। ਸੋ ਦਲਜੀਤ ਮੈਮ, ਦੋਸਤ ਦਾ ਸਵਾਗਤ ਤੁਹਾਡਾ ਲੁਧਿਆਣਾ ਲਈ। ਥੈਂਕ ਯੂ। ਕਿੰਨਾ ਐਕਸਾਈਟਮੈਂਟ ਦੇਖੀ ਜਾ ਰਹੀ ਹੈ ਸਾਰਿਆਂ ਦੇ ਵਿੱਚ ਪਸ਼ੂ ਪਾਲਣ ਮੇਲੇ? ਇਹ ਤਾਂ ਹਮੇਸ਼ਾ ਹੀ ਬਰਕਰਾਰ ਹੈ, ਕਿਉਂਕਿ ਇੱਥੇ ਨਵੀਆਂ ਨਵੀਆਂ ਜੋ ਇਨੋਵੇਟਿਵ ਰਿਸਰਚ ਅਸੀਂ ਇੱਥੇ ਡਿਸਪਲੇ ਕਰਦੇ ਹਾਂ ਫਾਰਮਰਸ ਦੇ ਲਈ, ਤਾਂ ਉਹਨਾਂ ਨੂੰ ਵੀ ਸਾਡਾ ਇੰਤਜ਼ਾਰ ਰਹਿੰਦਾ ਕਿ ਇੱਥੇ ਕੁਛ ਨਵਾਂ ਦੇਖਣ ਨੂੰ ਮਿਲੇਗਾ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਸ ਵਾਰ ਅਸੀਂ ਆਪਣੇ ਪਸ਼ੂ ਪਾਲਣ ਪ੍ਰਬੰਧ ਵਿਭਾਗ ਵੱਲੋਂ ਅਸੀਂ ਇੱਕ ਵਾਤਾਵਰਣ ਸੁਰੱਖਿਅਤ ਜਿਹੜਾ ਹੈ ਉਸ ਦੇ ਥੀਮ ਦੇ ਉੱਤੇ ਅਸੀਂ ਆਪਣੀਆਂ ਡਿਸਪਲੇ ਦਿੱਤੀਆਂ ਨੇ। ਇਹ ਜਿਹੜਾ ਤੁਸੀਂ ਪੋਲਟਰੀ ਫਾਰਮ ਦਾ ਕੰਸੈਪਟ ਦੇਖ ਰਹੇ ਹੋ, ਇਹ ਬੈਕਯਾਰਡ ਪੋਲਟਰੀ ਦੇ ਉੱਤੇ ਆ। ਇਹਦੇ ਵਿੱਚ ਤੁਸੀਂ ਦੇਖੋਗੇ ਕਿ ਵੀ ਅਸੀਂ ਇਹ ਬੈਂਬੂ ਤੋਂ ਬਣਾਇਆ ਹੋਇਆ, ਬਾਂਸ ਦਾ ਬਣਿਆ ਹੋਇਆ, ਔਰ ਇਹਦੇ ਵਿੱਚ 2 ਸਕੁਆਇਰ ਫੁੱਟ ਦੇ ਹਿਸਾਬ ਨਾਲ ਪ੍ਰਤੀ ਮੁਰਗੀ ਅਸੀਂ ਇਹਦੇ ਵਿੱਚ ਲਗਭਗ 20 ਮੁਰਗੀਆਂ ਅਸੀਂ ਰੱਖ ਸਕਦੇ ਹਾਂ, ਅਡਲਟ ਮੁਰਗੀ। ਔਰ ਤੁਸੀਂ ਦੇਖੋਗੇ ਇਹਦੇ ਵਿੱਚ ਇੱਕ ਕਵਰਡ ਏਰੀਆ ਬਣਿਆ ਹੋਇਆ ਬੈਂਬੂ ਦਾ, ਔਰ ਥੱਲੇ ਸਰਾਊਂਡਿੰਗ ਜਿਹੜਾ ਹੈ ਅਸੀਂ ਰਨ ਸਪੇਸ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਦਿਨ ਦੇ ਵੇਲੇ ਮੁਰਗੀ ਆਪਣਾ ਆਰਾਮ ਨਾਲ ਨੀਚੇ ਘੁੰਮ ਸਕਦੀ ਹੈ। ਪਰਪਸ ਕੀ ਹੈ, ਮੰਤਵ ਇਹ ਹੈ ਕਿ ਵੀ ਮੁਰਗੀ ਕੰਫਰਟੇਬਲ ਜਿੰਨਾ ਰਹੇਗੀ ਉਨਾ ਉਹਦੀ ਗਰੋਥ, ਉਹਦੀ ਹੈਲਥ, ਉਹਦੀ ਪ੍ਰੋਡਕਸ਼ਨ ਵਧੀਆ ਰਹੇਗੀ। ਮੈਂ ਦੇਖਿਆ ਅੰਡੇ ਵੀ ਤਾਂ ਨਜ਼ਰ ਆ ਰਹੇ ਸਨ। ਇਹ ਪੰਜਾਬ ਰੈੱਡ ਸਾਡੀ ਦੋਗਲੀ ਕਿਸਮ ਆਪਣੇ ਗੜਵਾਸੂ ਦੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਹੈ, ਔਰ ਅਸੀਂ ਇਸ ਨੂੰ ਐਡਵੋਕੇਟ ਕਰ ਰਹੇ ਹਾਂ ਕਿਉਂਕਿ ਇਹ ਡਿਊਅਲ ਪਰਪਸ ਹੈ, ਮੀਟ ਵਾਸਤੇ ਵੀ ਹੈ ਅਤੇ ਨਾਲੋ ਨਾਲ ਇਹ ਅੰਡੇ ਦੇਣ ਵਾਸਤੇ ਵੀ ਹੈ। ਔਰ ਸਾਲ ਦੇ ਵਿੱਚ ਇਹ ਲਗਭਗ 200 ਤੋਂ ਲੈ ਕੇ 250 ਅੰਡੇ ਦੇ ਸਕਦੀ ਹੈ, ਬਸ਼ਰਤੇ ਕਿ ਤੁਸੀਂ ਆਪਣੀਆਂ ਮੈਨੇਜਮੈਂਟ, ਡਾਇਟ ਐਂਡ ਸਾਇੰਟੀਫਿਕ ਉਹਦੇ ਨਾਲ ਚੱਲੋ, ਸਪੇਸ ਸਪੈਸੀਫਿਕੇਸ਼ਨ ਦੇ। ਉਸੇ ਕਰਕੇ ਅਸੀਂ ਇਹ ਕੰਸੈਪਟ ਦੇ ਰਹੇ ਹਾਂ ਕਿ ਤੁਸੀਂ ਜਿੰਨਾ ਉਹਨੂੰ ਸਪੇਸ ਵਧੀਆ ਦਿਓਗੇ। ਮੋਰਓਵਰ ਤੁਸੀਂ ਦੇਖੋਗੇ ਮੁਰਗੀਆਂ ਜਿਹੜੀਆਂ ਨੇ ਆਲੇ ਦੁਆਲੇ ਨੈਚੁਰਲ ਫੀਲ ਕਰ ਰਹੀਆਂ ਨੇ, ਉਹ ਡਸਟ ਬੇਦਿੰਗ ਕਰਦੀਆਂ ਨੇ, ਉਹ ਆਲੇ ਦੁਆਲੇ ਜਿਹੜੀ ਵੈਜੀਟੇਸ਼ਨ ਹੈ ਉਹਨੂੰ ਖਾ ਕੇ, ਲਾਈਕ ਜੇ ਤੁਸੀਂ ਇਹਦੇ ਆਲੇ ਦੁਆਲੇ ਕੁਛ ਹਰਬਲ ਪਲਾਂਟਸ ਲਗਾਏ ਹੋਣ, ਐਲੋਵੀਰਾ ਹੋ ਗਿਆ, ਪੱਥਰ ਚੱਟ ਹੋ ਗਿਆ, ਧਨੀਆ, ਪੁਦੀਨਾ, ਹਾਂ, ਅਤੇ ਜਾਂ ਜੇ ਫਾਰਮਰ ਦੀ ਆਪਣੀ, ਜੇ ਤੁਹਾਡੀ ਆਪਣੀ ਫਾਰਮਰ ਦੀ ਉਹ ਹੋਵੇ ਕੋਈ ਆਲੇ ਦੁਆਲੇ ਦੀ ਅਜ਼ੋਲਾ ਵਗੈਰਾ ਦੀ ਹੈ, ਤਾਂ ਉਹਦੇ ਤੋਂ ਵੀ ਲੈ ਕੇ ਇਹ 40% ਆਪਣੀ ਖੁਰਾਕ ਪੂਰੀ ਕਰ ਲੈਂਦੀਆਂ ਨੇ, ਅਤੇ ਤੁਹਾਨੂੰ ਸਿਰਫ 50-60% ਖੁਰਾਕ ਪਾਣੀ ਪਏਗੀ। ਉਹਦੇ ਨਾਲ ਤੁਹਾਡੀ ਖੁਰਾਕ ਵੀ ਸੇਫ ਹੋ ਗਈ, ਨੈਚੁਰਲ ਵੀ ਬਰਡ ਫੀਲ ਕਰ ਗਿਆ, ਅਤੇ ਬਰਡ ਦੀ ਗਰੋਥ ਵੀ ਵਧੀਆ ਹੋ ਜਾਏਗੀ। ਸਮਟਾਈਮਸ ਅੱਜ ਕੱਲ੍ਹ ਚਰਚਾ ਰਹਿੰਦੀ ਕਿ ਜਰਦੀ ਅਕਸਰ ਪਹਿਲੇ ਸਮੇਂ ਦੇ ਵਿੱਚ ਜਰਦੀ ਪੀਲੀ ਦੇਖੀ ਜਾਂਦੀ ਸੀ, ਲੇਕਿਨ ਅੱਜ ਕੱਲ੍ਹ ਟੋਟਲੀ ਜਰਦੀ ਵਾਈਟ ਹੁੰਦੀ ਜਾ ਰਹੀ ਹੈ। ਉਹ ਬੇਸਿਕਲੀ ਇੰਟੈਂਸਿਵ ਔਰ ਫ੍ਰੀ ਰੇਂਜ ਦਾ ਹੀ ਫਰਕ ਹੈ, ਜੇ ਅਸੀਂ ਉਹਨੂੰ ਨੈਚੁਰਲ ਇਨਵਾਇਰਮੈਂਟ ਦਿੰਦੇ ਹਾਂ ਆਲੇ ਦੁਆਲੇ ਦਾ, ਉਹ ਖਾ ਕੇ ਜਦੋਂ ਕਰਦੀਆਂ ਨੇ ਉਹ ਉੰਨੀ ਜਰਦੀ ਜਿਹੜੀ ਹੈ ਡਾਰਕ ਹੁੰਦੀ ਜਾਂਦੀ ਹੈ, ਅਤੇ ਕੰਜ਼ਿਊਮਰ ਦੀ ਅਪੀਲ ਜਿਹੜੀ ਆ ਉਸ ਨੂੰ ਆਕਰਸ਼ਿਤ ਕਰਦੀ ਆ। ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਵੀ ਕਹਿੰਦੇ ਕਿ ਜਿਹੜਾ ਕਿੱਥੇ ਨਾ ਕਿੱਥੇ ਜਿਹੜਾ ਟੇਸਟ ਵੀ ਇੰਡੀਆ ਦਾ ਘੱਟਦਾ ਜਾ ਰਿਹਾ ਆਮ ਦਿਨਾਂ ਨਾਲ, ਇਸ ਦੇ ਵਿੱਚ ਵੀ ਇਹੀ ਫਰਕ ਹੈ।
ਕਿ ਨੈਚੁਰਲ ਔਰ ਕਨਫਾਈਂਡ ਦਾ ਇੰਟੈਂਸਿਵ ਸਿਸਟਮ ਦਾ, ਉਹ ਇੱਕ ਤਰ੍ਹਾਂ ਨਾਲ ਮਸ਼ੀਨੀ ਅੰਡੇ ਦਾ ਸਿਸਟਮ ਜਿਹਾ ਹੋ ਜਾਂਦਾ। ਜੇ ਅਸੀਂ ਫਰੀ ਰੇਂਜ 'ਚ ਰੱਖਦੇ ਹਾਂ ਤਾਂ ਉਨਾ ਹੀ ਉਹਦਾ ਸਵਾਦ, ਉਨੀ ਗੁਣਵੱਤਾ ਸਾਰੀ ਭਰਪੂਰ ਹੋ ਜਾਂਦੀ ਹੈ। ਵੇਰੀ ਕਰਦਾ ਵੈਸੇ ਤਾਂ ਪੰਜਾਬ ਦੀ ਮਾਰਕੀਟ ਦੇ ਅਕੋਰਡਿੰਗ ਹੈ। ਜੇ ਤੁਸੀਂ ਦੂਸਰੀਆਂ ਚਿੱਟੀ ਮੁਰਗੀ ਦਾ ਜਿਹੜਾ ਕਨਫਾਈਂਡ ਹੈਗਾ ਉਹਦਾ ਤੁਸੀਂ 6 ਰੁਪਏ ਅੰਡਾ ਲਗਭਗ 5 ਤੋਂ 6 'ਚ ਵੇਰੀ ਕਰਦਾ ਪ੍ਰਤੀ ਅੰਡਾ, ਔਰ ਇਹ ਜਿਹੜੇ ਹੈਗੇ ਆ 7 ਤੋਂ ਲੈ ਕੇ 15 ਰੁਪਏ ਤੱਕ ਜਾ ਸਕਦਾ। ਉਹ ਡਿਪੈਂਡ ਕਰੇਗਾ ਤੁਸੀਂ ਉਸਨੂੰ ਪਬਲਿਸਿਟੀ ਕਿੱਦਾਂ ਕਰਦੇ ਹੋ ਜਾਂ ਤੁਹਾਡਾ ਰੱਖ ਰਖਾਵ ਕਿਹੋ ਜਿਹਾ, ਔਰ ਇਸ ਤਰ੍ਹਾਂ ਦੇ ਕੰਸੈਪਟ ਦੇ ਵਿੱਚ ਆਰਾਮ ਨਾਲ ਤੁਹਾਨੂੰ ਹਰ ਬੰਦਾ ਕੰਜ਼ਿਊਮਰ ਜਿਹੜਾ, ਕਿਉਂਕਿ ਉਹ ਵੀ ਅਵੇਅਰ ਹੈ ਹੈਲਥ ਦੇ ਪ੍ਰਤੀ ਵੀ ਔਰ ਮੁਰਗੀਆਂ ਦੇ ਰੱਖ ਰਖਾਵ ਦੇ ਪ੍ਰਤੀ ਵੀ, ਅਤੇ ਔਰ ਆਰਾਮ ਨਾਲ ਤੁਹਾਨੂੰ 10 ਤੋਂ 15 ਰੁਪਏ ਪ੍ਰਤੀ ਅੰਡਾ ਜਿਹੜਾ ਤੁਹਾਨੂੰ ਦੇ ਸਕਦਾ। ਔਰ ਅੱਜ ਕੱਲ੍ਹ ਸਮਟਾਈਮਸ ਦੇਖਿਆ ਹੁੰਦਾ ਕਿ ਉੱਪਰ ਮੁਰਗੀਆਂ ਖਾ ਰਹੀਆਂ ਹੁੰਦੀਆਂ, ਨੀਚੇ ਉਹੀ ਜਿਹੜਾ ਫੀਡ ਹੁੰਦੀ, ਨੀਚੇ ਮੱਛੀਆਂ ਦੇ ਵਿੱਚ ਵੀ ਚਲੇ ਜਾਂਦੇ ਲੋਕ। ਇੰਟੀਗ੍ਰੇਟਿਡ ਫਾਰਮਿੰਗ ਹੈ ਉਹ ਵੀ ਅਸੀਂ ਇੱਥੇ ਐਡਵੋਕੇਟ ਕਰਦੇ ਹਾਂ, ਔਰ ਇਹ ਆਰਾਮ ਦੇ ਨਾਲ ਮਤਲਬ ਕਿ ਉਹਨੂੰ ਤੁਸੀਂ ਉਹਦੇ ਨਾਲ ਕੰਬਾਈਨ ਕਰ ਸਕਦੇ ਹੋ। ਕੀ ਕਹਿਣਾ ਚਾਹੋਗੇ ਇਸ ਮੌਕੇ 'ਤੇ ਜਾਂਦੇ ਹੁੰਦੇ ਸਾਰਿਆਂ ਨੂੰ? ਮੈਂ ਇਹੀ ਕਹਿਣਾ ਚਾਹੂੰਗੀ ਜਿਹੜਾ ਵੀ ਤੁਸੀਂ ਇੱਥੇ ਜੋ ਸਾਡਾ ਡਿਸਪਲੇ ਆ ਪਸ਼ੂ ਪਾਲਣ ਮੇਲੇ ਦਾ, ਚਾਹੇ ਕੋਈ ਵੀ ਕਿੱਤਾ ਹੈ, ਉਸਨੂੰ ਜਦੋਂ ਤੁਸੀਂ ਅਪਣਾਓ ਤਾਂ ਪੂਰੀ ਸ਼ਿੱਦਤ ਦੇ ਨਾਲ ਔਰ ਡੈਡੀਕੇਟਿਡ ਸਪਿਰਿਟ ਦੇ ਨਾਲ ਅਪਣਾਓ, ਤਾਂ ਕਿ ਤੁਸੀਂ ਉਹਦੀਆਂ ਬਰੀਕੀਆਂ ਜਾਣ ਕੇ, ਤਾਂ ਕਿ ਤੁਹਾਨੂੰ ਪੈਸੇ ਦਾ ਵੱਧੋ ਵੱਧ ਫਾਇਦਾ ਹੋਵੇ, ਤੁਹਾਡੀ ਆਰਥਿਕਤਾ ਵਧੇ ਅਤੇ ਪੰਜਾਬ ਦੀ ਤਰੱਕੀ ਹੋ। ਥੈਂਕ ਯੂ। ਸੁਰ ਸਿੰਘ ਤੋਂ ਜੀ। ਸੁਰ ਸਿੰਘ ਤੋਂ ਇਸ ਵਾਰੀ ਪਸ਼ੂ ਪਾਲਣ ਮੇਲਾ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਪ੍ਰਬੰਧ ਕੀਤੇ ਆ। ਅਸੀਂ ਤਕਰੀਬਨ ਸਾਰਾ ਹੀ ਵੇਖ ਲਿਆ, ਇੱਕ ਬਸ ਸੰਦ ਵਾਲਾ ਵੇਖਣਾ ਜਿੱਥੇ ਉਹ ਯਾਰ ਖੇਤੀਬਾੜੀ ਮਸ਼ੀਨਰੀ। ਕਿੰਨੇ ਸਾਲਾਂ ਤੋਂ ਆ ਰਹੇ ਹੋ? ਅਸੀਂ ਤਕਰੀਬਨ ਹਰ ਸਾਲ ਹੀ ਉੱਦਾਂ ਆਈਦਾ। ਦੇਖਿਆ ਉਸ ਵਾਰੀ ਪਸ਼ੂ ਪਾਲਣ ਮੇਲੇ ਕਾਫੀ ਬਹੁਤ ਬਹੁਤ ਫਰਕ ਹੈ ਪਹਿਲਾਂ ਨੂੰ। ਕੀ ਫਾਇਦੇ ਹੁੰਦੇ ਜਦੋਂ ਤੇਰੇ ਪਸ਼ੂ ਪਾਲਣ ਮੇਲੇ ਲੱਗਦੇ ਆ? ਇਤਨੇ ਫਾਇਦੇ ਹੁੰਦੇ ਕਿ ਆਪਾਂ ਨੂੰ ਜਿੱਦਾਂ ਨਵੀਆਂ ਕੋਈ ਮਸ਼ੀਨਰੀ ਬਾਰੇ ਜਾਣਕਾਰੀ, ਪਸ਼ੂਆਂ ਬਾਰੇ, ਜਿੱਦਾਂ ਆਪਾਂ ਆਹ ਹੀ ਵੇਖਦੇ ਹਾਂ, ਆਪਾਂ ਨੂੰ ਇਹ ਮਹਿਸੂਸ ਕਰਦੇ ਕਿ ਆਪਾਂ ਮੁਰਗੀਆਂ ਰੱਖੀਏ ਅਤੇ ਪਤਾ ਲੱਗਦਾ ਵੀ ਨਵੀਆਂ ਮੁਰਗੀ ਖਾਨੇ ਕਿੱਦਾਂ ਬਣਾਉਣਾ, ਸਾਰੀਆਂ ਚੀਜ਼ਾਂ ਦੇ ਹਰ ਚੀਜ਼ ਦੇ ਪਤਾ ਲੱਗਦਾ ਜਾ ਕੇ, ਜਾਨਵਰ ਸਾਂਭਣ ਦਾ ਕਿੱਦਾਂ ਸਾਹਮਣੇ, ਜਿੱਦਾਂ ਇਹ ਸਾਂਭਦੇ ਆ ਕੋਈ ਵੀ ਆ, ਜਿੱਦਾਂ ਸੰਦਾ ਸੁੰਦਾ ਦਾ, ਹਾਂ ਫਰਕ ਲੱਗਦਾ, ਹਰ ਗੱਲ ਦਾ ਪਤਾ ਲੱਗਦਾ ਵਾ, ਲੱਗਦਾ ਵਾ ਵੀ ਇੱਦਾਂ ਬੰਦਾ ਸੋਚਦਾ ਮੈਂ ਜਾ ਕੇ ਕਿਹੜਾ ਕਾਰੋਬਾਰ ਕਰਨਾ। ਮੇਲੇ ਦਾ ਫਾਇਦਾ ਇਹ ਹੁੰਦਾ ਕੋਈ ਆਪਾਂ ਨੂੰ ਮੈਡੀਸਨ ਦਾ, ਪਸ਼ੂਆਂ ਦਾ, ਉਹਨਾਂ ਬਾਰੇ ਨੌਲੇਜ ਮਿਲਦੀ ਆ ਅਤੇ ਸਾਰਾ ਸੀਮਣ ਬਾਰੇ ਸਾਰੇ ਚਾਹੋਗੇ ਇਸ ਮੌਕੇ 'ਤੇ ਸਾਰਿਆਂ? ਇਹੀ ਹੈ ਕਿ ਵੱਧ ਤੋਂ ਵੱਧ ਮੇਲੇ ਵੇਖੋ, ਤੁਹਾਨੂੰ ਜਿੱਦਾਂ ਮੇਲਿਆਂ ਵਿੱਚ ਆਓਗੇ ਤਾਂ ਤੁਹਾਨੂੰ ਹਰ ਚੀਜ਼ ਦੀ ਨੌਲੇਜ ਮਿਲਦੀ ਆ। ਚਾਹ ਰਹਿੰਦਾ ਇੱਦਾਂ ਦੇ ਮੇਲਿਆਂ ਦੀ ਗੱਲ ਕਰੀਏ? ਬਹੁਤ ਨਹੀਂ ਤਾਂ ਚਾਹ, ਜਿਹੜਾ ਨੂੰ ਸ਼ੌਂਕ ਹੈਗਾ ਕੋਈ ਖੇਤੀਬਾੜੀ ਦਾ, ਪਸ਼ੂਆਂ ਦਾ, ਜਿੱਦਾਂ ਪਿੱਛੇ PDF ਮੇਲਾ ਲੰਘ ਕੇ ਗਿਆ ਵਾ, ਉਹ ਵੀ ਬਹੁਤ ਚਾਹ ਹੁੰਦਾ ਹਰ ਸਾਲ ਦੀ ਤਰ੍ਹਾਂ ਹੀ, ਅਤੇ ਇਹਦਾ ਵੀ ਖੇਤੀਬਾੜੀ ਤਾਂ ਜਾਣੀ ਕਿ ਪਹਿਲਾਂ ਤਾਂ ਬਾਰਿਸ਼ ਹੋ ਜਾਂਦੀ, ਮੇਲੇ ਨਹੀਂ ਲੱਗੇ 2-3 ਸਾਲ ਦੇ, ਇੱਦਾਂ ਲੰਘੇ ਪਿੱਛੇ ਕਰੋਨਾ ਟਾਈਮ ਨਹੀਂ ਲੱਗੇ, ਆਹ ਅੱਜ ਤੋਂ ਕੋਈ 4-5 ਸਾਲ ਬਾਅਦ ਵਧੀਆ ਜਿਹੜਾ ਆਪਣਾ ਵੀ ਹੁਣ ਮੇਲਾ ਅੱਜ ਵੇਖਣਾ ਵੀ ਵਧੀਆ ਲੱਗਾ ਵਾ, ਅਤੇ ਕੱਲ੍ਹ ਨੂੰ ਜੇ ਬਾਰਿਸ਼ ਨਾ ਹੋਊ ਤਾਂ ਕੱਲ੍ਹ ਇਦੋਂ ਵੀ ਵੱਧ ਲੱਗੂਗਾ। ਤੁਸੀਂ ਕੁਛ ਪਸ਼ੂ ਰੱਖੇ ਹੋਏ? ਹਾਂਜੀ, ਆਪਣੇ ਕੋਲ ਗਾਵਾਂ HF ਗਾਵਾਂ ਰੱਖੀਆਂ। ਕਿਹੜੀ ਨਸਲ ਦੀਆਂ ਨੇ? HF ਰੱਖੀਆਂ ਹੋਈਆਂ। ਹਾਂ, ਮੱਝਾਂ ਵੀ ਰੱਖੀਆਂ ਮੈਂ, ਆਪਣਾ ਮੋਹਰਾਂ ਨਸਲ ਦੀਆਂ। ਦੇਖਦੇ ਰਹਿੰਦੇ ਹੋ ਕਿ ਪ੍ਰੋਡਕਸ਼ਨ ਕਿੱਦਾਂ ਦੁੱਧ ਦੇ ਉਹਨਾਂ ਦੀ ਵੱਧਦੇ? ਹਾਂਜੀ, ਉਹ ਤਾਂ ਫਿਰ ਆਪਣਾ ਜਿਹੜਾ ਸਾਂਭ ਸੰਭਾਲ ਇੱਥੋਂ, ਜਦੋਂ ਆਪਾਂ PDF ਮੇਲੇ ਬਹਿਣੇ, ਆਪਾਂ ਨੂੰ ਹਰ ਚੀਜ਼ ਦੀ ਜਾਣਕਾਰੀ ਮਿਲਦੀ ਆ ਵੀ ਕਿੱਦਾਂ ਵਾ ਯਾਰ, ਫਿਰ ਉੱਦਾਂ ਜਾ ਕੇ ਆਪਾਂ ਉਹ ਚੀਜ਼ਾਂ ਕਰਦੇ ਹਾਂ, ਆਪਣੇ ਘਰ ਵੀ ਸੋਚਦੇ ਹਾਂ ਵੀ ਆਹ ਚੀਜ਼ਾਂ ਜਿੱਦਾਂ ਡਾਕਟਰ ਮਿਲਦੇ ਆਪਾਂ ਨੂੰ ਅੱਜ ਹੀ ਮਿਲੇ ਆ, ਹਰ ਚੀਜ਼ ਦੀ ਜਾਣਕਾਰੀ ਦਿੰਦੇ, ਸੀਮਣ ਬਾਰੇ ਪੁੱਛੀਦਾ, ਹੁਣ ਆਪਾਂ ਇਹਨਾਂ ਨੂੰ ਕਿਹੜਾ ਲਾਉਣਾ, ਕਿਸ ਤਰ੍ਹਾਂ ਕਰਨਾ, ਕਿਹੜੀ ਫੀਡ ਆ, ਜਿੱਦਾਂ ਫੀਡ ਬਾਰਿਆਂ ਨੂੰ ਮਿਲੇ ਆ, ਉਹਨਾਂ ਬਾਰੇ ਹਰ ਚੀਜ਼ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ। ਹੁਣ ਵਿੱਚ ਘਰ ਬੈਠਿਆਂ ਤਾਂ ਕੁਛ ਵੀ ਨਹੀਂ ਲੱਗਣਾ, ਜੇ ਆਪਾਂ ਘਰੋਂ ਨਿਕਲੇ ਹਾਂ ਤਾਂ ਆਪਾਂ ਨੂੰ ਕੋਈ ਨਾ ਕੋਈ ਲਿਖ ਕੇ ਜਾਵਾਂਗੇ। ਹਾਂ, ਵੱਧਦੇ ਹਾਂ, ਆਓ ਭਾਜੀ ਆਓ। ਸੁਖਪਾਲ ਸਿੰਘ ਜੀ। ਕਿੱਥੋਂ ਆਏ? ਖੇੜੀ ਚੈਣਾ ਤੋਂ ਜੀ। ਕਿੰਨਾ ਇੰਤਜ਼ਾਰ ਆਉਂਦਾ ਪਸ਼ੂ ਪਾਲਣ?
ਬਹੁਤ ਰਹਿੰਦਾ ਜੀ ਵੀ ਜਦੋਂ ਆਊਗਾ ਦੇਖਣ ਜਾਵਾਂਗੇ। ਕਿੰਨੇ ਸਾਲਾਂ ਤੋਂ ਆ ਰਹੇ ਹੋ ਗਏ? ਘੱਟੋ ਘੱਟ 6-7 ਸਾਲ। ਕਿੰਨਾ ਬਦਲਦਾ ਦੇਖ ਗਿਆ ਪਸ਼ੂ ਪਾਲਣ ਮੇਲਾ ਇਹਨਾਂ ਸਾਲਾਂ? ਬਹੁਤ ਵਧੀਆ ਜੀ, ਇਹਨਾਂ ਜੀ ਡੰਗਰਾਂ 'ਚ ਹੋਰ ਸਾਰੇ ਸੁਧਾਰ ਬੀਆਂ ਬੂਆਂ 'ਚ ਬਹੁਤ ਜ਼ਿਆਦਾ ਫਰਕ ਆ ਜੀ। ਨੌਲੇਜ ਮਿਲਦੀ ਹੈ ਜਦੋਂ ਇੱਦਾਂ ਦੇ ਮੇਲਿਆਂ ਦੇ ਵਿੱਚ ਆਉਂਦੇ? ਜਿਵੇਂ ਕਿ ਅੱਗੇ ਵਾਸਤੇ ਨੌਲੇਜ ਮਿਲਦੀ ਆ, ਸੁਧਾਰ ਅਸੀਂ ਆਪਦੇ ਉਹ 'ਚ ਕਰਦੇ ਹਾਂ, ਜਿਵੇਂ ਡੰਗਰਾਂ 'ਚ ਹੋ ਗਿਆ, ਬੀਆਂ 'ਚ ਹੋ ਗਿਆ, ਤਾਂ ਉਹ ਚੀਜ਼ ਦੀ ਸਾਨੂੰ ਨੌਲੇਜ ਪਹਿਲਾਂ ਨਾਲ ਹੁੰਦੇ ਮਿਲੀ ਜਾਂਦੀ ਹੈ, ਤਾਂ ਓਨਾ ਹੀ ਛੇਤੀ ਅਸੀਂ ਉਹ ਕਰ ਲੈਂਦੇ ਹਾਂ। ਕਿਹੜੇ ਜਾਨਵਰ ਤੁਸੀਂ ਇੱਥੇ ਦੇਖੇ? ਅਸੀਂ ਜਿਵੇਂ ਸਾਰੀਆਂ ਮੱਝਾਂ ਹੋ ਗਈਆਂ, ਮੋਹਰਾਂ ਹੋ ਗਈ, ਨੀਲੀ ਰਾਵੀ ਹੋ ਗਈ, ਅਤੇ ਜਰਸੀ ਗਾਂ ਹੋ ਗਈ, ਦੂਜੀ ਹੋ ਗਈ ਆਪਣੀ, ਸਾਰੇ ਯਾਨੀ ਕਿ ਜਾਨਵਰ ਉਹ ਅਸੀਂ ਦੇਖਦੇ ਰੱਖਦੇ ਹਾਂ, ਅਸੀਂ ਆਪ ਉਹਨਾਂ ਬਾਰੇ ਉਹ ਕਰਦੇ ਹਾਂ। ਤੁਸੀਂ ਕਿਹੜੇ ਕਿਹੜੇ ਰੱਖੇ ਹੋਏ? ਅਸੀਂ ਜੀ ਜਿਵੇਂ ਮੋਹਰਾਂ ਨਾਲ ਅਸੀਂ ਮੱਝ ਰੱਖੀ ਹੋਈ ਆ, ਗਾਂ ਰੱਖੀ ਹੋਈ ਆ, ਠੀਕ ਹੈ, ਅਤੇ ਬਾਕੀ ਅਸੀਂ ਆਪਦਾ ਖੇਤੀਬਾੜੀ ਦਾ ਜਿਹੜਾ ਕਰਦੇ ਹਾਂ ਉਹ ਕਰਦੇ ਹਾਂ। ਕੀ ਕਹਿਣਾ ਚਾਹੋਗੇ ਇਸ ਮੈਮ ਸਾਰੇ ਵੀਰਾਂ ਨੂੰ? ਸਾਰਿਆਂ ਨੂੰ ਇਹ ਜੀ, ਮੇਲੇ ਦਾ ਆਉਣਾ ਚਾਹੀਦਾ, ਕੁਛ ਸਿੱਖਣ ਨੂੰ ਮਿਲਦਾ ਗਾ ਜੀ, ਆਪਾਂ ਨੂੰ ਸਿੱਖਣੀ ਚਾਹੀਦੀ ਜੀ, ਨਵੀਂ ਚੀਜ਼ ਸਿੱਖਾਂਗੇ ਤਾਂ ਹੀ ਆਪਾਂ ਨੂੰ ਉਹ ਫਾਇਦਾ ਹੋਊਗਾ, ਜੇ ਆਵਾਂਗੇ ਤਾਂ ਹੀ ਆਪਾਂ ਕੁਝ ਨਵੀਂ ਚੀਜ਼ ਸਿੱਖਾਂਗੇ, ਜੇ ਆਪਾਂ ਘਰ ਬੈਠਾਂਗੇ ਫਿਰ ਚੀਜ਼ ਨਵੀਂ ਚੀਜ਼ ਸਿੱਖੀ ਵੀ ਨਹੀਂ ਜਾਂਦੀ। ਬਲਵਿੰਦਰ ਸਿੰਘ ਜੀ, ਕਿੱਦਾਂ ਲੱਗਿਆ ਪਸ਼ੂ ਪਾਲਣ? ਬਹੁਤ ਵਧੀਆ ਜੀ। ਕਿੰਨੇ ਸਾਲਾਂ ਤੋਂ ਆ ਰਹੇ ਹੋ? ਮੈਨੂੰ ਹੋ ਗਏ 7-8 ਸਾਲ ਹੋ ਗਏ। 7-8 ਸਾਲ ਹੋ ਗਏ ਨੇ। ਵੈਸੇ ਬੇਸਿਕਲੀ ਮੇਰਾ ਪੋਲਟਰੀ ਫਾਰਮ ਦਾ ਕੰਮ ਆ, ਬ੍ਰਾਇਲਰ ਦਾ। ਪੋਲਟਰੀ ਫਾਰਮ ਦਾ ਹੀ ਆ? ਹਾਂਜੀ ਹਾਂ। ਕੀ ਨੌਲੇਜ ਹਰ ਸਾਲ ਮਿਲਦੀ ਹੈ ਪੋਲਟਰੀ? ਨੌਲੇਜ ਮਿਲਦੀ ਹੈ ਪਰ ਬ੍ਰਾਇਲਰ ਵਾਲਾ ਇੱਥੇ ਸਾਨੂੰ ਸਟਾਲ ਨਹੀਂ ਆ ਰਹੀ, ਜੋ ਸਾਨੂੰ ਦੇਖਣ ਨੂੰ ਮਿਲਦਾ ਵੀ ਸਾਨੂੰ ਕੀ ਡੇ ਟੂ ਬਾਈ ਡੇ ਜੋ ਬਿਮਾਰੀਆਂ ਚੱਲਦੀਆਂ ਨੇ ਸਾਨੂੰ ਡਾਕਟਰੀ ਲੈਬ ਉਹ ਇੱਥੇ ਹੈ ਨਹੀਂ। ਇੱਥੇ HRL ਅਤੇ ਬ੍ਰਾਇਲਰ ਦੂਸਰੀਆਂ ਕਿਸਮਾਂ ਆ ਰਹੀਆਂ ਨੇ, ਜਿਵੇਂ ਮੋਹਰਾ ਨਸਲ ਹੋ ਗਈ, ਗਾਈਆਂ ਹੋ ਗਈਆਂ, ਹੋਰ ਹੋ ਗਿਆ ਪਸ਼ੂ ਪਾਲਣ, ਇਹੀ ਚੀਜ਼ਾਂ ਨੇ। ਅਸੀਂ ਤਾਂ ਇਹੀ ਮੰਗ ਕਰਦੇ ਵੀ ਸਾਨੂੰ ਬ੍ਰਾਇਲਰ ਦਾ ਵੀ ਸਿਸਟਮ ਜੋ ਹੈ ਉਹ ਵੀ ਸਾਨੂੰ ਪ੍ਰੋਵਾਈਡ ਕੀਤਾ ਜਾਵੇ। ਔਰ ਗੱਲ ਕਰੀ ਮੈਡਮ ਨੇ ਆਹ ਵੀ ਸਿਸਟਮ ਦੱਸ ਦਿਖਾਇਆ ਕਿ ਜਿਵੇਂ ਕਿੱਦਾਂ ਤੁਸੀਂ ਰੱਖ ਸਕਦੇ ਹੋ ਜੇ ਘਰੇ ਕਿਸੇ ਨੇ ਰੱਖਣੀ? ਹਾਂ, ਇਹ ਆਪਣਾ ਬੇਸਿਕਲੀ ਰੱਖ ਸਕਦੇ ਹੋ ਤੁਸੀਂ, ਜਿਹੜੇ ਕੋਈ ਆਪਣੇ 8-10 ਘਰ ਦੇ ਜੀ ਨੇ, ਜੇ ਕੋਈ ਸ਼ੌਂਕ ਖਾਣ ਦਾ, ਅੰਡੇ ਉਂਡੇ ਖਾਣ ਦਾ ਸ਼ੌਂਕ ਆ, ਉਹਨੇ ਕੋਈ ਤੁਸੀਂ ਰੱਖ ਸਕਦੇ ਹੋ। ਜੇ ਤੁਸੀਂ ਵੱਡਾ ਪ੍ਰੋਸੀਜਰ ਕਰਨਾ, ਪ੍ਰਚੇਜ ਕਰਨੀ ਅੰਡੇ ਦੀ, ਅੱਜ ਕੱਲ੍ਹ ਤਾਂ ਬੇਸਿਕਲੀ ਇਹ ਅੰਡਿਆਂ ਨੂੰ ਬੜਾ ਪ੍ਰੋਵਾਈਡ ਕਰ ਰਹੇ ਨੇ, ਲੁਧਿਆਣੇ ਜਿਹਨ 'ਚ ਬਹੁਤ ਚੱਲਦੇ ਆ, ਉਹਦੇ ਲਈ ਤੁਸੀਂ ਬਿਜ਼ਨਸ ਵਧਾ ਸਕਦੇ ਹੋ। ਵੈਲ ਐਂਡ ਗੁੱਡ ਆ। ਐਨੀਮਲ ਟਰਕੀ ਹੈਗਾ, ਬਾਕੀ ਹੈਗਾ, ਬਾਕੀ ਜੇ ਆਪਾਂ ਪਸ਼ੂਆਂ 'ਚ ਆ ਜਾਏ ਮੋਹਰਾ ਨਸਲ ਹੈਗਾ ਗਾ, ਰਾਵੀ ਹੈਗੀ ਆ, HRL ਬ੍ਰਾਇਲਰ 'ਚ ਆ ਗਿਆ, ਬੱਕਰੀ ਫਾਰਮ ਆ ਗਿਆ, ਸਾਰੇ ਗੋਸ਼ ਆ ਗਏ, ਠੀਕ ਆ। ਕਿਸਾਨ ਅੰਦੋਲਨ ਚੱਲਦਾ ਕਿਤੇ ਨਾ ਕਿਤੇ, ਉਸ ਕਰਕੇ ਕਰਾਊਡ ਘੱਟ ਲੱਗ ਰਿਹਾ ਬਾਹਰ ਹੁੰਦਾ। ਦੇਖੋ ਕੁਛ ਨਾ ਕੁਛ ਤਾਂ ਫਰਕ ਤਾਂ ਹੈਗਾ ਹੀ ਆ, ਕੁਛ ਕਿਸਾਨ ਸਾਡੇ ਬਾਰਡਰਾਂ 'ਤੇ ਬੈਠੇ ਨੇ, ਕੁਛ ਕੱਲ੍ਹ ਤੋਂ ਦਿੱਲੀ ਜਾ ਰਹੇ ਨੇ, ਕੁਛ ਇੱਥੇ ਆ ਰਹੇ ਨੇ, ਉਹਦੇ ਨਾਲ ਕਰਕੇ ਥੋੜ੍ਹਾ ਜਿਹਾ ਫਰਕ ਤਾਂ ਹੈਗਾ ਹੀ ਆ, ਫਰਕ ਪਿਆ। ਹਾਂ, ਫਰਕ ਪਿਆ। ਪ੍ਰਗਟ ਸਿੰਘ ਆ ਜੀ, ਕਿੱਥੋਂ ਆਇਆ ਸਰ? ਰਾਏਕੋਟ ਕੋਲ ਪਿੰਡ ਕਲਿਆਣ ਆ ਸਾਡਾ ਜੀ, ਕਰਦੇ ਹੈਗੇ ਆ ਅਸੀਂ, ਖੇਤੀ ਕਰਦੇ ਹਾਂ ਜੀ। ਐਕਸਾਈਟਮੈਂਟ ਰਹਿੰਦੀ ਹੈ ਪਸ਼ੂ ਪਾਲਣ ਮੇਲੇ ਦੀ? ਪੂਰੀ ਰਹਿੰਦੀ ਆ ਜੀ, ਇੱਥੋਂ ਨੌਲੇਜ ਮਿਲਦੀ ਆ, ਵਧੀਆ ਚੀਜ਼ ਆ, ਜਿਹੋ ਜਿਹਾ ਵੀ ਬੰਦਾ ਧੰਦੇ ਵਾਲਾ ਗਾ, ਚਾਹੇ ਉਹ ਕਿਸਾਨ ਵੀ ਨਾ ਹੋਵੇ, ਉਹ ਤੋਂ ਹੋਰ ਵੀ ਹਟ ਕੇ ਹੋਵੇ, ਕਾਫੀ ਧੰਦੇ ਨੇ, ਜਿਹਨੇ ਸਿੱਖਣਾ ਉਹਦੇ ਲਈ ਤਾਂ ਸੋਨਾ ਗਾ, ਜਿਹਨੇ ਨਹੀਂ ਸਿੱਖਣਾ ਉਹਦੇ ਲਈ ਕੁਛ ਨਹੀਂ ਹੈਗਾ। ਅਸੀਂ ਇੱਥੋਂ ਕਾਫੀ ਚੀਜ਼ਾਂ ਸਿੱਖ ਕੇ ਆਪਦੇ ਕੰਮ ਕਰ ਰਹੇ ਹਾਂ, ਪੈਸੇ ਵੀ ਕਮਾ ਰਹੇ ਹਾਂ, ਵਧੀਆ ਗੋਡਾ। ਅਤੇ ਹੁਣ ਮੱਛੀ ਫਾਰਮਿੰਗ ਦਾ ਲੱਗੇ ਹਾਂ, ਉਹ ਫਾਰਮ ਭਰੇ ਨੇ, ਉਹ ਨਵਾਂ ਇੱਕ ਆਇਆ ਵੀ ਉੱਪਰ ਮੁਰਗੀ ਹੋਊਗੀ, ਥੱਲੇ ਮੱਛੀ ਹੋਊਗੀ, ਉਹਦੇ ਨਾਲ ਬੱਤਕ ਹੋਊਗੀ, ਉਹਨੇ ਥੌਂ ਦੇ ਵਿੱਚ ਤੁਹਾਨੂੰ 3 ਤਰੀਕੇ ਦੀ ਆਮਦਨ ਆਉਂਦੀ ਰਹੂਗੀ। ਉਹ ਹੁਣ ਗਾਹਾਂ ਸਿੱਖਦੇ ਹਾਂ, ਸਿੱਖ ਕੇ ਸ਼ੁਰੂ ਕਰਾਂਗੇ, ਜਿਵੇਂ ਵੀ ਸਿਖਾਉਣਗੇ ਜਦੋਂ ਵੀ ਲਾਉਣਗੇ ਕੈਂਪ। ਉਹ ਇੱਦਾਂ ਵੀ ਹਰ ਬੰਦੇ ਨੂੰ ਮੈਂ ਕਹਿਣਾ ਵੀ ਆਪਦਾ ਆ ਕੇ ਕੋਈ ਨਾ ਕੋਈ ਕਿੱਤਾ ਸਿੱਖੋ, ਅਤੇ ਆਪਦਾ ਲਾਹੇਵੰਦ ਹੈਗਾ ਬਿਜ਼ਨਸ? ਨਹੀਂ, ਫਾਇਦੇਮੰਦ ਨੇ ਉਹ ਤਾਂ। ਹੁਣ ਇਸ ਤਰੀਕੇ ਵੀ ਜੇ ਆਪਾਂ ਉਹ ਬਿਜ਼ਨਸ 'ਤੇ ਗੌਰ ਨਹੀਂ ਕਰਾਂਗੇ ਫਿਰ ਨਹੀਂ ਫਾਇਦੇਮੰਦ। ਹੁਣ ਕਿਸੇ ਨੇ ਤੁਹਾਨੂੰ ਆ ਕੇ ਬੈਠੇ ਨੂੰ ਜੇਬ 'ਚ ਤਾਂ ਪੈਸੇ ਪਾਉਣੇ ਨਹੀਂ ਹੈਗੇ, ਉਹਦੀ ਮਾਰਕੀਟਿੰਗ ਵੀ ਸਿਖਾਉਂਦੇ ਨੇ, ਅੱਡੋ ਅੱਡੀ ਡਿਪਾਰਟਮੈਂਟ ਨੇ ਸਿਖਾਉਂਦੇ, ਸਭ ਕੁਛ ਨੇ ਉਹ। ਹੁਣ ਤੁਹਾਡੇ 'ਤੇ ਨਿਰਭਰ ਵੀ ਤੁਸੀਂ
ਕਿੰਨਾ ਕੁ ਆਪ ਨੂੰ ਗਰੋ ਕਰਦੇ ਹੋ ਸਿੱਖਣਾ? ਐਕਸਾਈਟਮੈਂਟ ਰਹਿੰਦੀ ਹੈ ਪਸ਼ੂ ਪਾਲਣ ਮੇਲੇ ਦੀ ਕਿ ਹਰ ਸਾਲ ਸਾਨੂੰ ਤਾਂ ਫੁੱਲ ਹੀ ਰਹਿੰਦੀ ਆ ਅਤੇ ਹੋਰਾਂ ਨੂੰ ਵੀ ਹਰ ਪਿੰਡ 'ਚ ਹੁੰਦਾ ਵੀ ਆਪਾਂ ਮੇਲੇ 'ਤੇ ਜਾਣਾ ਵੀ ਆਪੋ ਆਪਣਾ ਇਕੱਠੇ ਹੋ ਕੇ ਆਪੋ ਦੀ ਜਾਂ ਗੱਡੀ ਜਾਂ ਟੈਂਪੂ ਜਾਂ ਟਰੈਕਟਰ ਟਰਾਲੀ 'ਤੇ ਆਉਂਦੇ ਆ ਸਾਰੇ ਹੀ ਆਉਂਦੇ ਨੇ। ਐਜ਼ ਯੂ ਤੁਸੀਂ ਕੀ ਕਹਿਣਾ ਚਾਹੋਗੇ? ਸਰ ਲਾਈਕ ਮੇਰੇ ਡੈਡ ਮੈਨੂੰ ਇੰਸਪਾਇਰ ਕਰਦੇ ਆ, ਹੀ ਇਜ਼ ਇਨ ਟੂ ਔਰਗੈਨਿਕ ਫਾਰਮਿੰਗ ਅਤੇ ਮੈਂ 3 ਸਾਲ ਤੋਂ ਆ ਰਹੀ ਹਾਂ। ਪਹਿਲਾਂ ਤੋਂ ਦਾਦੂ ਅਤੇ ਮੇਰੇ ਡੈਡ ਆਉਂਦੇ ਸੀਗੇ ਅਤੇ ਮੈਂ ਬੜਾ ਦੇਖਦੀ ਸੀ ਕਿ ਉੱਥੇ ਹੈ ਕੀ ਆ, ਹੈ ਨਾ, ਯੂਨੀਵਰਸਿਟੀ ਦੇ ਵਿੱਚ। ਬਟ ਹੁਣ ਮੈਂ ਫਾਈਨਲੀ ਆਉਣ ਲੱਗ ਗਈ, ਇਟਸ ਅ ਗੁੱਡ ਪਲੇਸ, ਬੰਦੇ ਬੱਚੇ ਸਾਰੇ ਪੜ੍ਹ ਸਕਦੇ ਆ। ਲਾਈਕ ਲੋਕ ਫੋਰਨ ਨੂੰ ਜਾ ਰਹੇ ਆ, ਫੋਰਨ ਜਾਣ ਦੀ ਕੋਈ ਲੋੜ ਨਹੀਂ ਤੁਹਾਡੇ ਕੋਲ। ਪੰਜਾਬ ਦੇ ਵਿੱਚ ਲੋਕਲ ਆ, ਲੁਧਿਆਣੇ ਸਾਰੇ ਕਿੰਨੇ ਲੋਕ ਨੇ, ਐਵਰੀ ਵਨ ਕੈਨ ਸਟੱਡੀ ਅਤੇ ਡਿਫਰੈਂਟ ਡਿਪਾਰਟਮੈਂਟਸ ਨੇ, ਆਪਣੇ ਇੰਟਰਸਟ ਅਕੋਰਡਿੰਗ ਸਾਰੇ ਪੜ੍ਹ ਸਕਦੇ ਆ ਅਤੇ ਇਟਸ ਅ ਬੈਸਟ ਪਲੇਸ, ਸਾਰਾ ਕੁਝ ਸਿਖਾ ਰਹੇ ਆ ਉਹ, ਈਵਨ ਬਿਜ਼ਨਸ ਸਟੱਡਿੰਗ। ਤੁਸੀਂ ਆਪਦਾ ਸਿਰਫ ਡਿਪਲੋਮਾ ਲੈ ਕੇ ਘਰ ਬੈਠ ਕੇ ਆਪਦਾ ਘਰ ਦਾ ਕੰਮ ਵੀ ਕਰ ਸਕਦੇ ਹੋ। ਈਵਨ ਲਾਈਕ ਵੂਮੈਨ ਇੰਪਾਵਰਮੈਂਟ ਨੂੰ ਉਹ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਆ, ਲੜਕੀਆਂ ਲਈ ਕਾਫੀ ਚੀਜ਼ਾਂ ਨੇ, ਹੈਂਡੀਕ੍ਰਾਫਟਸ ਵਗੈਰਾ ਸਿਖਾ ਰਹੇ ਨੇ, ਦੈਟਸ ਦਾ ਗੁੱਡ ਪੁਆਇੰਟ ਕਿ ਉਹ ਵੂਮੈਨ ਇੰਪਾਵਰਮੈਂਟ ਵੀ ਕਰ ਰਹੇ ਆ। ਕੀ ਚੀਜ਼ਾਂ ਦੇਖਦੇ ਹੋ? ਯਾ ਲਾਈਕ ਅਸੀਂ ਕਾਫੀ ਚੀਜ਼ਾਂ ਦੇਖੀਆਂ। ਫਸਟ ਆਫ ਆਲ ਲਾਈਕ ਐਗਰੀਕਲਚਰ ਦੇ ਇਕੁਇਪਮੈਂਟਸ ਬਹੁਤ ਜ਼ਿਆਦਾ, ਲਾਈਕ ਦੇ ਆਰ ਮੈਨੀ ਬ੍ਰਾਂਡਸ, ਮੈਂ ਨਾਮ ਨਹੀਂ ਲਊਂਗੀ, ਬਟ ਕਾਫੀ ਕੁਛ ਹੈਗਾ ਗਾ। ਨਿਊ ਟੈਕਨੋਲੋਜੀ ਆ ਰਹੀ ਆ ਕਿਸਾਨਾਂ ਨੂੰ ਸਪੈਸ਼ਲੀ, ਉਹਨਾਂ ਨੂੰ ਕੀ ਕਹਿੰਦੇ ਆ, ਨਵੀਂ ਔਰਗੈਨਿਕ ਫਾਰਮਿੰਗ ਅੱਜ ਕੱਲ੍ਹ ਟ੍ਰੈਂਡ 'ਚ ਆ, ਅਤੇ ਉਹ ਵੀ ਉਹਨਾਂ ਦੀ ਖੇਤੀ ਵਧੀਆ ਕਰਨ ਲਈ ਬਹੁਤ ਇਕੁਇਪਮੈਂਟਸ ਆ ਚੁੱਕੇ ਆ, ਅਤੇ ਇੱਥੇ ਉਹ ਚੀਜ਼ਾਂ ਦੇਖ ਪਾਉਂਦੇ ਆ, ਉਹਨਾਂ ਨੂੰ ਉਹਨਾਂ ਦੇ ਪ੍ਰਾਈਜ਼ ਪਤਾ ਲੱਗਦੇ ਆ, ਬਿਕੋਜ਼ ਹਰ ਕਿਸੇ ਨੇ ਆਪਦਾ ਬਜਟ ਵੀ ਦੇਖਣਾ ਗਾ। ਅਤੇ ਐਂਡ ਨਿਊ ਟੈਕਨੋਲੋਜੀਜ਼ ਹੇਅਰ ਉਹ ਆਪਦੇ ਸ਼ੋਕੇਸਿੰਗ ਕਰ ਰਹੇ ਆ, ਐਂਡ ਈਵਨ ਲਾਈਕ ਲਾਈਵ ਸਟੋਕ ਹੈਗਾ ਗਾ, ਇੰਟੀਗ੍ਰੇਟਿਡ ਫਾਰਮਿੰਗ ਹੈਗੀ ਆ, ਈਵਨ ਦੇ ਆਰ ਰੇਅਰਿੰਗ ਆਫ ਲਾਈਵ ਸਟੋਕ, ਸਾਰਾ ਕੁਛ, ਲਾਈਕ ਐਵਰੀਥਿੰਗ ਫੋਰ ਦਾ ਫਾਰਮਰਸ ਐਂਡ ਫੋਰ ਬਿਜ਼ਨਸ, ਸਾਰਾ ਕੁਛ ਆ। ਅਤੇ ਹੁਣ ਮਤਲਬ ਮੈਂ ਕਈ ਚੀਜ਼ਾਂ ਦਾ ਮੈਨੂੰ ਹੁਣ ਦਿਮਾਗ 'ਚ ਨਹੀਂ ਆ ਰਹੀਆਂ, ਬਹੁਤ ਚੀਜ਼ਾਂ ਨੇ, ਵੀ ਕੈਨਟ ਨੇਮ ਆਲ ਆਫ ਦੈਮ, ਅਤੇ ਬਹੁਤ ਵਧੀਆ ਗਾ ਕਿ ਸਾਰੇ ਸਿੱਖ ਸਕਦੇ ਆ ਇੱਥੇ, ਬਹੁਤ ਵਧੀਆ ਗਾ। ਹਾਂਜੀ ਹਾਂਜੀ, ਥੈਂਕ ਯੂ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਦੇ ਪੇਜ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਅਮਿਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ, ਧੰਨਵਾਦ, ਜੁੜੇ ਰਹੋ ਲੁਧਿਆਣਾ ਦੇ।